ਅੱਛਾ ਸਾਥ ਹੀ ਮਿਲਿਆ। ਮੈਨੂੰ ਵੈਸੇ ਇਹ ਥੋੜਾ ਕੁਐਸਚਨ ਖਤਰਨਾਕ ਹੋ ਜਾਣਾ, ਪਰ ਮੈਂ ਜਾਣਨਾ ਚਾਹੂੰਗਾ, ਖਤਰਨਾਕ ਨਹੀਂ ਹੋਊਗਾ ਇਨ ਦਾ ਸੈਂਸ ਨੋਨ ਵੀ ਇਹ ਇੱਕ ਜਿਹੜੀ ਸਿੰਗਲ ਮਦਰ ਉਹਦੀ ਲਾਈਫ ਕਿਹੋ ਜਿਹੀ ਹੁੰਦੀ ਹੈ, ਕਿਉਂਕਿ ਜਿੰਨੀ ਕੁ ਮੈਂ ਅਬਜ਼ਰਵ ਕਰਦਾ ਵੀ ਹਰ ਕੋਈ ਚਾਹੁੰਦਾ ਹੋਊਗਾ ਵੀ ਇਹ ਵੀ ਵਿਆਹ ਲਈ ਅਪਰੋਚ ਤਾਂ ਹਰ ਕੋਈ ਸਿੱਧਾ ਕਰੂਗਾ ਨੀ, ਹਨਾ ਉਹਨੂੰ ਪਤਾ ਬੈਟ, ਪਰ ਹਰ ਇੱਕ ਚਾਹੁੰਦਾ ਹੋਊਗਾ ਵੀ ਅਸੀਂ ਇਹਨਾਂ ਰਿਲੇਸ਼ਨ ਬਣਾ ਲਈਏ ਜਾਂ ਕੁਛ ਕਰ ਲਈਏ ਇਹਨੂੰ ਡੇਟ ਕਰ। ਨਹੀਂ ਮੈਂ ਇਹੀ ਹਾਂ ਵੀ ਕੀ ਫਰਕ ਪੈਂਦਾ, ਮਤਲਬ ਮੈਨੂੰ ਇਹ ਮੈਂ ਦੇਖੀਆਂ ਚੀਜ਼ਾਂ ਸੋਸਾਇਟੀ ਦੇ ਵਿੱਚ, ਇਹ ਸੱਚੀ ਗੱਲ ਇੱਦਾਂ ਹੁੰਦਾ? ਯੈਸ ਹੁੰਦਾ, ਬਹੁਤ ਟੈਨਸ਼ਨਾਂ ਨੇ, ਬਹੁਤ ਫੂਕ ਫੂਕ ਕੇ ਕਦਮ ਰੱਖਣੇ ਪੈਂਦੇ ਆ, ਠੀਕ ਹੈ। ਚਾਹੇ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਇਹ ਦੇਖਣਾ ਪੈਂਦਾ ਕਿ ਉਹ ਮੁੰਡਾ ਤੁਹਾਡੇ ਨਾਲ, ਚਾਹੇ ਚਾਹੇ ਉਹਦੇ ਇੰਟੈਂਸ਼ਨ ਗਲਤ ਨਹੀਂ ਹੋਣਗੇ, ਠੀਕ ਹੈ, ਬਟ ਤੁਸੀਂ ਇਸ ਸੋਸਾਇਟੀ 'ਚ ਰਹਿ ਰਹੇ ਹੋ, ਤੁਹਾਡੇ ਚਾਹੇ ਆਪਾਂ ਇਗਨੋਰ ਕਰ ਦਈਏ ਪਰ ਦਿਮਾਗ 'ਚ ਗੱਲਾਂ ਰਹਿੰਦੀਆਂ ਕਿਉਂਕਿ ਤੁਸੀਂ ਸੁਣੀਆਂ ਹੋਈਆਂ, ਹੈ ਨਾ। ਹੁਣ ਜੇ ਕੋਈ ਮੇਰੇ ਨਾਲ ਗੱਲ ਕਰ ਰਿਹਾ ਤਾਂ ਮੈਨੂੰ ਇਹ ਹੁੰਦਾ ਕਿ ਇਹ ਪਤਾ ਨਹੀਂ ਯਾਰ ਇਹਦੇ ਦਿਮਾਗ 'ਚ ਕੀ ਹੈ, ਮੈਂ ਜ਼ਿਆਦਾ ਫ੍ਰੀ ਨਹੀਂ ਹੋ ਸਕਦੀ, ਮੈਂ ਜ਼ਿਆਦਾ ਪਤਾ ਨਹੀਂ, ਜੇ ਮੈਂ ਗੱਲ ਮਾੜੀ ਜਿਹੀ ਕਰਦੀ ਪਤਾ ਨਹੀਂ ਈਜ਼ੀ ਲੈ ਜਾਊਗਾ, ਜ਼ਿਆਦਾ ਹੀ ਨੇੜੇ ਆਉਣ ਦੀ ਕੋਸ਼ਿਸ਼ ਕਰੂਗਾ, ਔਰ ਜ਼ਿੰਮੇਵਾਰੀਆਂ ਮੈਂ ਕਹਿੰਦੀ ਡਬਲ ਨਹੀਂ ਚਾਰ ਗੁਣਾ ਹੋ ਜਾਂਦੀ ਹੈ। ਬਿਕੋਜ਼ ਇੱਕ ਵਾਰੀ ਮੈਂ ਕਿਉਂਕਿ ਮੇਰਾ ਤੁਹਾਨੂੰ ਪਤਾ ਸ਼ਡਿਊਲ ਕਿੱਦਾਂ ਦਾ ਚੱਲਦਾ ਹੈ ਨਾ, ਆਪਾਂ ਹਫ਼ਤਾ 10 ਦਿਨ ਹਰ ਸਕੇਜੂਅਲ ਪਲੀਜ਼, ਇਟਸ ਨਾਟ ਸ਼ਡਿਊਲ ਇਟਸ ਸਕੇਜੂਅਲ ਸਕੇਜੂਅਲ ਯਾ ਆਮ ਸੋ ਸੌਰੀ ਪਲੀਜ਼ ਕਟ ਦੈਟ ਇਟਸ ਸਕੇਜੂਅਲ ਨੋ ਇਟਸ ਸਕੇਜੂਅਲ ਯੈਸ ਓ ਮਾਈ ਗॉड ਯਾ ਸੋ ਸਕੇਜੂਅਲ ਯੂ ਨੋ ਕਿੱਦਾਂ ਦਾ ਚੱਲਦਾ ਹੈ, ਠੀਕ ਹੈ। ਅਸੀਂ ਹਰ ਮਹੀਨੇ ਕਮ ਸੇ ਕਮ 10 ਟੂ 15 ਡੇ ਸਾਡੇ ਇਦਾਂ ਦੇ ਬਿਜ਼ੀ ਹੁੰਦੇ ਕਿ ਡੇ ਨਾਈਟ ਇੱਕ ਬਰਾਬਰ ਹੈ, ਐਂਡ ਮੇਰੇ ਪੇਰੈਂਟਸ ਯੂਜ਼ ਟੂ ਨਹੀਂ ਸੀਗੇ, ਤੇ ਮੇਰਾ ਬੇਟਾ ਹਲੇ 3.5 ਸਾਲ ਦਾ ਸੀਗਾ ਉਸ ਟਾਈਮ, ਹੁਣ ਤਾਂ 4 ਸਾਲ ਦਾ ਹੋ ਜਾਣਾ ਉਹਨੇ ਇਸ ਮਹੀਨੇ, ਐਂਡ ਤੇ ਉਦੋਂ ਮੇਰੇ ਪੇਰੈਂਟ ਮੰਮੀ ਵਾਸ ਲਾਈਕ ਕਿ ਉਹਨੇ ਤੇਰੇ ਤੋਂ ਦੂਰ ਹੋ ਜਾਣਾ, ਇਹੀ ਟਾਈਮ ਹੈ ਉਹਨੂੰ ਦੇਖਣ ਦਾ, ਤੂੰ ਉਹਨੂੰ ਦੇਖਦੀ ਨਹੀਂ ਹੈ, ਤੈਨੂੰ ਬਸ ਇਹ ਹੈ ਕਿ ਮੈਂ ਕੰਮ ਕਰ ਲਾਂ, ਮੈਂ ਉੱਧਰ ਚਲੀ ਜਾਵਾਂ, ਆਹ ਕੰਮ ਕਰ ਲਾਂ, ਉਹ ਕੰਮ ਕਰ ਲਾਂ। ਪਹਿਲਾਂ ਜਿੰਨਾ ਮੈਂ ਚੁੱਪ ਰਹਿ ਸਕਦੀ ਸੀ ਮੈਂ ਰਹੀ, ਅਸੀਂ ਵੀ ਮੰਮੀ ਕਹਿੰਦੇ ਅਸੀਂ ਵੀ ਤਾਂ ਮੈਂ ਵੀ ਤੈਨੂੰ ਦੋਨਾਂ ਨੂੰ ਮੈਂ ਇਕੱਲੀ ਨੇ ਪਾਲਿਆ ਹੈ, ਮੇਰਾ ਇੱਕੋ ਜਵਾਬ ਸੀਗਾ ਕਿ ਤੁਸੀਂ ਇਕੱਲੀ ਨੇ ਪਾਲਿਆ, ਯੈਸ ਅਸੀਂ ਤੁਹਾਨੂੰ ਪਾਲਦੇ ਦੇਖਿਆ ਹੈ, ਮੈਂ ਤੁਹਾਡੇ ਨਾਲ ਸੀ, ਮੈਂ ਬੜੀ ਸੀਗੀ, ਪਰ ਤੁਹਾਨੂੰ ਟੈਨਸ਼ਨਾਂ ਤੁਹਾਡੀਆਂ ਅੱਧੀਆਂ ਸੀਗੀਆਂ, ਤੁਸੀਂ ਕਮਾਉਣਾ ਨਹੀਂ ਸੀ, ਤੁਹਾਨੂੰ ਪਾਪਾ ਨੇ ਪੈਸੇ ਭੇਜਤੇ, ਤੁਸੀਂ ਕਰਤਾ, ਬਿਕੋਜ਼ ਮੇਰੇ ਫਾਦਰ ਬਾਹਰ ਹੀ ਰਹੇ ਨੇ ਲਾਈਫ ਲੌਂਗ ਹੁਣ ਤੱਕ, ਐਂਡ ਤੇ ਤੁਹਾਨੂੰ ਉਹ ਟੈਨਸ਼ਨਾਂ ਨਹੀਂ ਸੀਗੀਆਂ, ਮੈਨੂੰ ਟੈਨਸ਼ਨ ਇਹ ਕਿ ਮੈਂ ਉਹਨੂੰ ਕੱਲ ਜੇ ਉਹਨੇ ਮੇਰੇ ਤੋਂ ਚੀਜ਼ ਮੰਗਣੀ ਹੈ ਤੇ ਮੈਂ ਉਹਨੂੰ ਕਿੱਦਾਂ ਲੈ ਕੇ ਦੇਣੀ। ਬਿਲਕੁਲ, ਜੋ ਟੈਨਸ਼ਨਾਂ ਪਾਪਾ ਦੀਆਂ ਸੀਗੀਆਂ ਉਹ ਵੀ ਮੇਰੇ 'ਚ ਹੈਗੀਆਂ, ਜੋ ਟੈਨਸ਼ਨਾਂ ਤੁਹਾਡੀਆਂ ਉਹ ਵੀ ਮੇਰੇ 'ਚ ਹੈਗੀਆਂ। ਹਾਂ ਅੱਜ ਮੈਂ ਤੁਹਾਡੇ ਨਾਲ ਰਹਿ ਰਹੀ ਹਾਂ ਤਾਂ ਮੈਨੂੰ ਰਹਿਣ ਦੀ ਟੈਨਸ਼ਨ ਨਹੀਂ ਹੈਗੀ, ਬਟ ਜੇ ਉਹ ਹੁੰਦੀ ਬਾਏ ਚਾਂਸ ਤੁਸੀਂ ਨਾ ਹੁੰਦੇ, ਕੋਈ ਨਾ ਹੁੰਦੇ, ਉਦੋਂ ਵੀ ਸ਼ਾਇਦ ਰੋਟੀ ਖਾਂਦੇ, ਘੱਟ ਖਾਂਦੇ ਪਰ ਖਾਂਦੇ, ਹੈ ਨਾ। ਇਹ ਟੈਨਸ਼ਨਾਂ ਬਹੁਤ ਹੁੰਦੀਆਂ। ਹਾਂ ਮੈਨੂੰ ਇਹ ਚੀਜ਼ ਦਾ ਬਹੁਤ ਡਰ ਹੈ ਕਿਤੇ ਉਹ ਇੱਕ ਦਿਨ ਮੈਨੂੰ ਨਾ ਭੁੱਲ ਜੇ, ਮੈਨੂੰ ਇਹ ਨਾ ਜਵਾਬ ਮਿਲੇ ਬੜੇ ਹੋ ਕੇ ਕਿ ਮੰਮੀ ਤੁਸੀਂ ਤਾਂ ਹੈ ਨਹੀਂ ਸੀਗੇ, ਨਾਨਾ ਨਾਨੀ ਹੁੰਦੇ ਸੀਗੇ, ਇਸ ਚੀਜ਼ ਦਾ ਬਹੁਤ ਡਰ ਰਹਿੰਦਾ। ਪਰ ਜਦੋਂ ਮੈਂ ਸਟੈਪ ਲਿਆ ਸੀਗਾ ਤਾਂ ਉਦੋਂ ਇੱਕ ਇੰਸੀਡੈਂਟ ਮੇਰੇ ਸਾਹਮਣੇ ਮੈਂ ਲਾਈਵ ਦੇਖਿਆ ਸੀ, ਉਸ ਬੱਚੇ ਨੇ ਆਪਣੀ ਮਾਂ ਨੂੰ ਇਹ ਕਿਹਾ ਸੀਗਾ ਕਿ ਮੰਮੀ ਮਤਲਬ ਕਿ ਪਹਿਲਾਂ ਤੁਸੀਂ ਸਟੈਪ ਕਿਉਂ ਨਹੀਂ ਲਏ। ਫਿਰ ਉਸ ਟਾਈਮ ਮੈਨੂੰ ਲੱਗਿਆ ਕਿ ਨਹੀਂ ਯਾਰ ਹੁਣ ਸਟੈਪ ਲੈਣਾ ਚਾਹੀਦਾ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਉਸ ਬੱਚੇ ਦੀ ਤਰ੍ਹਾਂ ਜੀਏ ਜੋ ਮਾੜੀ ਜਿਹੀ ਉੱਚੀ ਆਵਾਜ਼ 'ਚ ਡਰ ਜਾਂਦਾ ਹੈ। ਬਿਲਕੁਲ, ਅੱਜ ਜੋ ਮੇਰਾ ਬੱਚਾ ਬਹੁਤ ਸਟਰੋਂਗ ਹੈ, ਠੀਕ ਹੈ, ਮੈਂ ਬਸ ਹੁਣ ਇਹ ਚਾਹੁੰਦੀ ਕਿ ਉਹ ਮੇਰੇ ਵਰਗਾ ਬਣੇ ਸਟਰੋਂਗ, ਹੋਰ ਚਾਹੇ ਮੇਰੀ ਕੁਆਲਿਟੀਜ਼ ਕੋਈ ਨਾ, ਬਟ ਉਹਦੇ ਵਿੱਚ ਵਿਲ ਪਾਵਰ ਔਰ ਸਟਰੋਂਗ ਮੇਰੇ ਵਰਗਾ ਹੋਵੇ, ਦੈਟਸ ਇਟ। ਔਰ ਸਿੰਗਲ ਮਦਰ 'ਤੇ ਟੈਨਸ਼ਨ ਬਹੁਤ ਹੁੰਦੀ ਹੈ, ਮੈਂ ਅੱਜ ਵੀ ਮੈਂ ਨਹੀਂ ਰਹਿ ਸਕਦੀ ਇਕੱਲੀ,
ਮੈਂ ਜੇ ਮੈਂ ਹੁਣ ਜਿੱਦਾਂ ਆਪਣਾ ਕੰਮ ਖਤਮ ਹੋ ਜਾਂਦਾ ਥੋੜ੍ਹਾ ਜਿਹਾ ਗੈਪ ਸਾਡੇ ਅਗਲੇ ਪ੍ਰੋਜੈਕਟ ਦੇ ਵਿੱਚ ਗੈਪ ਆ ਜਾਂਦਾ ਅਤੇ ਉਹ 2 ਦਿਨ 4 ਦਿਨ 10 ਦਿਨ ਮੇਰੇ ਵਾਸਤੇ ਕੱਢਣੇ ਔਖੇ ਹੁੰਦੇ ਕਿਉਂਕਿ ਮੇਰਾ ਬ੍ਰੇਨ ਦਿਮਾਗ ਖਾਲੀ ਹੋ ਜਾਂਦਾ ਕਿ ਮੇਰੇ ਕੋਲ ਕੋਈ ਕੰਮ ਨਹੀਂ ਹੈਗਾ ਕਰਨ ਨੂੰ, ਦਿਮਾਗ ਐਕਸਰਸਾਈਜ਼ ਨਹੀਂ ਕਰ ਰਿਹਾ ਕਿ ਆਹ ਕਰਨਾ ਉਹ ਕਰਨਾ, ਉਹ ਚੀਜ਼ ਮੈਂ ਹਲੇ ਮੈਨੂੰ ਬਹੁਤ ਟਾਈਮ ਲਏਗਾ ਹਲੇ ਉਹ ਚੀਜ਼ ਨੂੰ ਸਟਰੋਂਗ ਕਰਨ। ਜਦੋਂ ਸਿੰਗਲ ਮਦਰ ਹੁੰਦੀ ਆ ਤੇ ਸੋਸਾਇਟੀ ਫਿਰ ਕੀ ਕਹਿੰਦੀ ਆ, ਮਤਲਬ ਜਦੋਂ ਦੁਬਾਰਾ ਵਿਆਹ ਨੂੰ ਕਹਿੰਦਾ ਬੰਦਾ ਵੀ ਦੁਬਾਰਾ ਵਿਆਹ ਕਰਾ ਲਓ, ਪਰ ਜਦੋਂ ਬੰਦਾ ਕਿਸੇ ਵੀ ਇੱਕ ਚੀਜ਼ ਟੁੱਟਿਆ ਹੁੰਦਾ ਦੁਬਾਰਾ ਉਸ ਚੀਜ਼ ਨੂੰ ਮਤਲਬ ਛੇਤੀ ਤੁਰਦਾ ਨਹੀਂ ਹੈਗਾ, ਨਹੀਂ ਤੁਰਦਾ ਬਿਕਾਜ਼ ਕਮਲ ਪਤਾ ਕੀ ਹੈ, ਜੇ ਇਮੋਸ਼ਨਲੀ ਗੱਲ ਕੀਤੀ ਜਾਏ ਨਾ ਪਿਆਰ ਬਹੁਤ ਵਾਰੀ ਹੋ ਜਾਂਦਾ ਹੈ। ਜੇ ਤੁਸੀਂ ਅੱਜ 4 ਦਿਨ ਕਿਸੇ ਨਾਲ ਗੱਲ ਕਰਨੀ ਤੁਹਾਨੂੰ ਅਟੈਚਮੈਂਟ ਹੋ ਜਾਏਗੀ, ਤੁਹਾਨੂੰ ਪਿਆਰ ਵੀ ਹੋ ਜਾਏਗਾ ਉਸ ਬੰਦੇ ਨਾਲ, ਲੇਕਿਨ ਜੋ ਇਸ਼ਕ ਹੈ ਨਾ ਉਹ ਇੱਕ ਨਾਲ ਹੀ ਹੁੰਦਾ, ਔਰ ਉਹ ਜਗ੍ਹਾ ਇੱਕ ਦਿਲ 'ਚ ਇੱਕ ਜਗ੍ਹਾ ਹੁੰਦੀ ਹੈ, ਉਹ ਉਹਦੇ ਵਿੱਚ ਜਦੋਂ ਇੱਕ ਵਾਰੀ ਫਿੱਟ ਹੋ ਜਾਂਦਾ ਨਾ ਜੋ ਮਰਜ਼ੀ ਹੋ ਜਾਏ ਉਸ ਤੋਂ ਨਿਕਲ ਨਹੀਂ ਸਕਦਾ, ਉਹ ਜਗ੍ਹਾ ਇੱਕ ਨੂੰ ਮਿਲ ਚੁੱਕੀ ਹੈ, ਉਹ ਕਦੇ ਨਹੀਂ ਜਾ ਸਕਦੀ, ਉਹ ਚਾਹੇ ਹੈ ਅੱਜ ਇਸ ਦੁਨੀਆਂ 'ਚ ਨਹੀਂ ਹੈਗਾ ਪਰ ਉਹ ਅੱਜ ਵੀ ਉੱਥੇ ਹੀ ਰਹਿੰਦਾ, ਅੱਜ ਵੀ ਮੇਰੇ ਕੰਨਾਂ 'ਚ ਉਹਦੀ ਆਵਾਜ਼ ਹੈਗੀ ਹੈ ਔਰ ਹਮੇਸ਼ਾ ਰਹੇ, ਪਰ ਠੀਕ ਹੈ ਐਂਡ ਤੁਰਨਾ ਪਏਗਾ, ਅਫਕੋਰਸ ਤੁਰਨਾ ਪਏਗਾ, ਮੈਨੂੰ ਕੋਈ ਇਸ਼ੂ ਨਹੀਂ ਹੈਗਾ। ਜੇ ਮੈਂ ਦੇਖੋ ਆਪਾਂ ਇੱਕ ਅੱਛੀ ਸੋਸਾਇਟੀ 'ਚ ਆਪਾਂ ਇੱਥੇ ਚੰਡੀਗੜ੍ਹ ਮੋਹਾਲੀ ਰਹੇ ਹਾਂ, ਠੀਕ ਹੈ, ਇੱਥੇ ਮੈਨੂੰ ਕਿਸੇ ਨੇ ਮੈਨੂੰ ਗਲਤ ਤਰੀਕੇ ਨਾਲ ਨਹੀਂ ਉਹ ਕੀਤਾ ਵੀ ਇਹ ਤਾਂ ਸਿੰਗ ਇਹ ਤਾਂ ਹੁਣ ਡਿਵੋਰਸ ਹੋ ਗਿਆ ਜਾਂ ਇਹਦਾ ਘਰ ਵਾਲਾ ਹੈ ਨਹੀਂ ਹੁਣ ਇਹ ਪਤਾ ਨਹੀਂ ਕੀ ਕਰਦੀ ਹੋਊਗੀ, ਨਹੀਂ ਮੈਨੂੰ ਨਹੀਂ ਸੱਚੀ ਇਹ ਚੀਜ਼ ਫੇਸ ਕਰਨੀ ਪਈ, ਬਹੁਤ ਸ਼ੁਕਰ ਹੈ ਰੱਬ ਦਾ। ਪਰ ਬਾਕੀ ਪਿੰਡਾਂ ਦਾ ਪੰਜਾਬ ਸਾਈਡ ਦਾ ਜਾਂ ਹੋਰ ਸੋਸਾਇਟੀਜ਼ ਦਾ ਮੈਨੂੰ ਸੀਰੀਅਸਲੀ ਨਹੀਂ ਪਤਾ, ਕਿਉਂਕਿ ਸੁਣਿਆ ਅੱਜ ਤੱਕ ਇਹੀ ਹੈ ਵੀ ਜਿਹੜੀ ਇੱਦਾਂ ਹੋਊਗੀ ਉਹਨੂੰ ਬਈ ਚਾਹੇ ਘੱਟ ਉਮਰ ਦੀ ਚਾਹੇ ਵੱਧ ਉਮਰ ਦੀ ਜਿੱਥੇ ਮਰਜ਼ੀ ਵਿਆਹ ਦਿਓ, ਬਸ ਇਹਨੂੰ ਵਿਆਹ ਦਿਓ, ਘਰ ਨਾ ਬਿਠਾਓ। ਮੇਰੇ ਪੇਰੈਂਟਸ ਆਈ ਹੈਵ ਬਲੈਸਿੰਗ, ਉਹ ਬਲੈਸਿੰਗ ਨੇ ਮੇਰੇ ਲਈ ਕਿ ਮੇਰੇ ਪੇਰੈਂਟਸ ਇੰਨੇ ਕੁ ਅੱਛੇ, ਮੇਰੀ ਫੈਮਲੀ ਇਨਫੈਕਟ ਇੰਨੀ ਕੁ ਅੱਛੀ, ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਨਹੀਂ ਨਹੀਂ ਸਿਮਰ ਤੂੰ ਵਿਆਹ ਕਰਾ, ਤੂੰ ਇੱਦਾਂ ਥੋੜ੍ਹੀ ਆਪਾਂ ਬਿਠਾਵਾਂਗੇ, ਨਿਆਣਾ ਬੈਠਾ ਤੇਰੇ ਨਾਲ, ਨਹੀਂ ਉਹਨਾਂ ਨੂੰ ਕਹਿੰਦੇ ਕਿ ਜੇ ਮਿਲਿਆ ਠੀਕ ਹੈ ਵੈਲ ਐਂਡ ਗੁੱਡ ਹੈ, ਜੇ ਨਹੀਂ ਤਾਂ ਸਾਨੂੰ ਕੋਈ ਚੱਕਰ ਨਹੀਂ ਹੈ, ਤੂੰ ਇੱਦਾਂ ਬੈਠ ਪਰ ਤੂੰ ਖੁਸ਼ ਸਾਡੇ ਸਾਹਮਣੇ ਬੈਠੀ ਰਹੇ, ਦੈਟਸ ਇਟ। ਮੇਰੇ ਇਵਨ ਕਿ ਮੇਰੀ ਦਾਦੀ ਤੱਕ ਦੇ ਇਹੀ ਵਰਡਸ ਨੇ, ਮਤਲਬ ਦਾਦੀ ਦਾਦਾ ਉਹ ਹੁੰਦੇ ਨਾ ਉਹਨਾਂ ਦੀ ਸੋਚ ਉਹ ਹੁੰਦੀ ਹੈ। ਦਾਦਾ ਮਨ ਕੀ ਕਹਿੰਦੇ ਵੈਸੇ, ਜੋ ਮੇਰੇ ਪੇਰੈਂਟਸ ਕਹਿ ਰਹੇ ਨੇ ਕਿ ਜੇ ਕੁਝ ਹੋ ਅੱਛਾ ਆਇਆ ਕੋਈ ਗੱਲ ਨਹੀਂ, ਹੁਣ ਜਿੱਦਾਂ ਨਾ ਪਹਿਲੋਂ ਵੀ ਪਰ ਇਹ ਨਹੀਂ ਕਿ ਮੈਂ ਆਪਣੇ ਵੱਲੋਂ ਨਹੀਂ ਕੋਈ ਦੇਖ ਰਹੀ, ਨਹੀਂ ਮੇਰਾ ਪਹਿਲੇ ਦੱਸਦਾ ਮੈਂ ਆਪਣੇ ਵੱਲੋਂ ਕੋਈ ਨਹੀਂ ਦੇਖ ਰਹੀ, ਮੈਂ ਬਹੁਤ ਖੁਸ਼ ਹਾਂ। ਈਵਨ ਆਈ ਐਮ ਨੋਟ ਇੰਟਰਸਟਡ, ਯੈਸ ਆਈ ਐਮ ਨੋਟ ਇੰਟਰਸਟਡ, ਈਵਨ ਆਈ ਐਮ ਨੋਟ ਇੰਟਰਸਟਡ, ਸੌਰੀ। ਤੇ ਮੈਂ ਕੀ ਕਹਿਣ ਲੱਗਾ ਸੀ, ਦੇਖੋ ਲੋਕਾਂ ਕਹਿਣਾ ਵੀ ਸੀਰੀਅਸ ਗੱਲਾਂ ਕਰਦੇ ਕਰਦੇ ਕਿੱਧਰ ਨੂੰ ਤੁਰ ਪੈਂਦੇ, ਮੈਨੂੰ ਸਵਾਲ ਦੇਖੋ ਹਾਸਾ ਬਹੁਤ ਜ਼ਰੂਰੀ ਆ, ਮੈਂ ਫੇਰ ਕਹਿ ਰਿਹਾ ਮੈਂ ਹੋਣਾ ਨਹੀਂ ਚਾਹੁੰਦੀ, ਮੈਂ ਬਹੁਤ ਇਮੋਸ਼ਨਲ ਜ਼ੋਨ 'ਚ ਚਲੀ ਗਈ ਹਾਂ, ਆਈ ਐਮ ਨੋਟ ਇੰਟਰਸਟਡ, ਮਾਂ ਇਦਾਂ ਦਾ ਕੁਝ ਨਹੀਂ ਆ, ਮੈਂ ਦੂਰ ਬੈਠਾ ਬਹੁਤ, ਨਹੀਂ ਆਈ ਥਿੰਕ ਵਾਈਡ ਐਂਗਲ ਤੱਕ ਆ ਗਿਆ, ਬਹੁਤ ਦੂਰ ਬੈਠਾ ਜੀ। ਤੇ ਮੈਂ ਨਾ ਇਹ ਜਿੱਦਾਂ ਤੁਸੀਂ ਕਹਿੰਦਾ ਵੀ ਜੇ ਕੋਈ ਚੰਗਾ ਆਦਮੀ ਮਿਲ ਗਿਆ, ਹੁਣ ਮੇਰਾ ਦਿਮਾਗ 'ਚ ਮੇਰੇ ਗੱਲ ਇਹ ਆਉਂਦੀ ਆ ਵੀ ਜਦੋਂ ਉਹ ਇਨਸਾਨ ਤੁਹਾਨੂੰ ਪਹਿਲਾਂ ਮਿਲਿਆ ਸੀ ਉਹ ਵੀ ਚੰਗਾ ਹੀ ਸੀ, ਮਾੜਾ ਤਾਂ ਹੈ ਨਹੀਂ ਸੀ, ਫਿਰ ਹੁਣ ਜਦੋਂ ਦੁਬਾਰਾ ਵੀ ਤੁਹਾਨੂੰ ਕੋਈ ਚੰਗਾ ਇਨਸਾਨ ਮਿਲੂਗਾ ਤੁਸੀਂ ਦੁਬਾਰਾ ਸੋਚੋਗੇ ਯਾਰ ਹੁਣ ਤਾਂ ਚੰਗਾ ਆ, ਅੱਗੇ ਜਾ ਕੇ ਕਹਾਣੀ ਖਰਾਬ ਨਾ ਹੋ ਜਾਵੇ, ਦਿਮਾਗ 'ਚ ਆਊਗਾ, ਅੱਜ ਵੀ ਆਉਂਦਾ, ਮੈਂ ਉਹੀ ਕਹਿ ਰਿਹਾ ਬਹੁਤ ਪ੍ਰੈਕਟੀਕਲ ਚੀਜ਼ ਹੈ, ਆਂਦੀ ਹੈ ਇਹ ਹਿਸਾਬ ਨਾਲ ਤੁਸੀਂ ਕਿਸੇ ਵੱਲ ਵੱਧ ਹੀ ਨਹੀਂ ਪਾਓਗੇ। ਹਾਂ ਵੱਧ ਨਹੀਂ ਪਾਉਂਗੇ ਪਰ ਮੈਂ ਪਰ ਮੇਰੇ ਲਾਈਫ ਅੱਜ ਤੱਕ ਇੱਦਾਂ ਹੀ ਚੱਲੀਏ ਕਿ ਜੋ ਆ ਰਿਹਾ ਨਾ ਉਸ ਚੀਜ਼ ਨੂੰ ਪਰਖੋ ਐਕਸੈਪਟ ਕਰੋ, ਪਰਖੋ ਸਾਰਾ ਕੁਛ ਕਰੋ, ਠੀਕ ਹੈ, ਪਰ ਇਹ ਨਹੀਂ ਹੈਗਾ ਮੈਂ ਪਲੈਨਿੰਗ ਨਾਲ ਨਹੀਂ ਤੁਰਦੀ, ਆਏਗਾ ਆਪਾਂ ਦੇਖੋ ਕੁਛ ਨਹੀਂ ਕਹਿ ਸਕਦੇ। ਕਈ ਵਾਰੀ ਹੁੰਦਾ ਮਾਂ ਬਾਪ ਦੇ ਵਿਆਹ ਕਰਾਏ ਹੋਏ ਇੱਕ ਨਹੀਂ ਚੱਲਿਆ, ਦੂਸਰੀ ਵਾਰੀ ਵੀ ਜੇ ਮਾਂ ਬਾਪ ਨੇ ਵਿਆਹ ਕਰਾਏ ਉਹ ਵੀ ਨਹੀਂ ਚੱਲਦੇ, ਇਹ ਕਿਸਮਤ ਦੀ ਗੱਲ ਹੈ, ਠੀਕ ਹੈ। ਮੇਰੀ ਕਿਸਮਤ ਉਸ ਬੰਦੇ ਨਾਲ ਲਿਖੀ ਹੋਈ ਸੀਗੀ, ਠੀਕ ਹੈ, ਉਸ ਬੰਦੇ ਦੀ ਨਿਸ਼ਾਨੀ ਇੱਕ ਮੇਰੇ ਕੋਲ ਹੋਣੀ ਸੀਗੀ, ਉਹ ਹੋਈ,
ਔਰ ਅੱਗੇ ਹੁਣ ਅੱਗੇ ਲਾਈਫ ਦੇਖਣਾ ਸ਼ਾਇਦ ਉਸ ਵਿਜ਼ਨ ਨੂੰ ਚੇਂਜ ਕਰਨ ਲਈ ਰੱਬ ਨੇ ਮੈਨੂੰ ਇਹ ਦਿਨ ਦਿਖਾਏ ਹੈ ਨਾ, ਮੈਨੂੰ ਇੱਕ ਸਪੋਰਟ ਸਿਸਟਮ, ਇੱਕ ਛੋਟਾ ਜਿਹਾ ਸਪੋਰਟ ਸਿਸਟਮ ਦਿੱਤਾ ਹੈ, ਉਹ ਮੇਰੇ ਨਾਲ ਹੈਗਾ, ਉਹ ਮੇਰੇ ਲਿਖੀ ਹੋਈ ਸੀ, ਉਹਨੂੰ ਕੋਈ ਨਹੀਂ ਟਾਲ ਸਕਦਾ ਸੀ, ਠੀਕ ਹੈ।